ਬਾਣੀ ਨਾਲ ਜੁੜੀਏ ਤਾਂ ਹੀ ਮਹਾਂਪੁਰਸ਼ਾਂ ਦੀਆਂ ਯਾਦਾਂ ਬਣਾਈਆਂ ਸਫਲੀਆਂ ਨੇ ਨਸ਼ਿਆਂ ਤੋਂ ਰਹਿਤ ਹੋਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਵਾਰੀ ਗੱਜ ਕੇ ਸਾਰੀ ਸੰਗਤ ਬੋਲਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਉਹਨਾਂ ਦਾ ਉਹਨਾਂ ਨੂੰ ਸਮੁੱਚੀ ਹੀ ਸਟੇਜ ਵੱਲੋਂ ਮਹਾਂਪੁਰਖਾਂ ਵੱਲੋਂ ਆਏ ਹੋਏ ਵਿਦਵਾਨ ਸੱਜਣਾਂ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਅਸੀਂ ਭਾਈ ਸਾਹਿਬ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਸਾਨੂੰ ਪ੍ਰੇਰਨਾ ਮਿਲਦੀ ਹੈ ਸਾਡਾ ਮਾਰਗ ਦਰਸ਼ਨ ਹੁੰਦਾ ਹੈ ਜਦੋਂ ਅਸੀਂ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਸੁਣ ਬਾਬਾ ਕਰਤਾਰ ਸਿੰਘ ਦੀ ਖਾਲਸਾ ਦੀ ਗੱਲ ਹੈ ਚਾਹੇ ਅੱਜ ਮਨ ਗੁਰਦਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਹੋਰ ਵਿਅੰਗ ਮਹਾਂਪੁਰਸ਼ਾਂ ਜਿਹਨਾਂ ਬੇਸ਼ੱਕ ਅਸੀਂ ਸਿੱਖ ਦੇ ਮਾਰੇ ਨਰਕ ਨੂੰ ਗਏ ਸਾਡਾ ਜੀ ਨਹੀਂ ਸੀ ਕਰਦਾ ਚਾਚੇ ਤੇ ਜਿਹੜੇ ਭਤੀਜੇ ਦੀ ਵਾਰੀ ਬੱਜੀ ਸੀ ਨਾ ਪੰਜ ਸਾਲ ਉਹ ਤੇ ਪੰਜ ਸਾਲ ਫੁੱਲਵਾੜੀ ਨੂੰ ਸਾਂਭਣ ਵਾਸਤੇ ਪਿਛਲੇ ਦਿਨੀ ਉਹ ਬਾਪੂ ਸੂਰਤਾ ਸਿੰਘ ਜੀ ਨੂੰ ਮਿਲ ਕੇ ਆਏ ਉਹਨਾਂ ਦੇ ਨਾਲ ਵੀ ਉਹ ਦੁੱਖ ਸਾਂਝਾ ਕਰਕੇ ਆਏ ਸੀ ਬੜੀਆਂ ਗੱਲਾਂ ਉਹਨਾਂ ਦੀਆਂ ਉਹਨਾਂ ਮੀਡੀਆ ਰਾਹੀਂ ਸਾਡੇ ਤੱਕ ਪਹੁੰਚਾਈਆਂ ਅੱਜ ਤੱਕ ਉਹ ਸਿੱਖ ਪੰਥ ਦੀ ਗੱਲ ਕਰਦੇ ਨੇ ਇਸ ਕਰਕੇ ਸਿੱਖ ਪੰਥ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਦਾ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਦਾਦੂ ਲਾਲ ਸਾਹਿਬ ਸ਼ਹੀਦਾਂ ਦੇ ਸਰਤਾਜ ਹਜ਼ੂਰੀ ਵਿੱਚ ਬੜੇ ਅਦਬ ਸਤਿਕਾਰ ਦੇ ਨਾਲ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਓ ਸਾਰੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਰਕਾਰੀ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਸਰ ਮਨੁੱਖਤਾ ਦੇ ਸਾਂਝੇ ਰਹਿਬਰ ਸਰ ਮਾਨਵਤਾ ਦੇ ਮਾਰਗ ਦਰਸ਼ਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਸਰਬੱਤ ਮਾਈ ਭਾਈ ਬੁਲੰਦ ਆਵਾਜ਼ ਵਿੱਚ ਗੁਰਫਤਿਹ ਦੀ ਸਾਂਝ ਕਰੋ ਸਤਿਗੁਰਾਂ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦਾਂ ਬਣਾਈਆਂ ਸਫਲੀਆਂ ਨੇ ਨਸ਼ਿਆਂ ਤੋਂ ਰਹਿਤ ਹੋਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਵਾਰੀ ਗੱਜ ਕੇ ਸਾਰੀ ਸੰਗਤ ਬੋਲਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ
श्री अकाल। बहुत बहुत धन्यवाद भाई साहब जी उन्हों का, उन्होंने समुची ही स्टेज वालों महापुरखों वालों आए हुए विद्वान सज्जनों वालों सम्मान दिता जा रहा है। असी भाई साहब जी उन्हों का धन्यवाद करते हैं। वाहेगुरु जी का खालसा वाहेगुरु। अज का समागम सालाना बरसी सचखंड वासी महापुरख संत बाबा बस्ता सिंह जी उन्हों तो वसाए हुए महापुरख संत बाबा करतार सिंह जी कार सेवा चार साहब कैरों वाले उन्होंने अठवीं सालाना बरसी समागम के जो अज का समागम है समुचिया इलाके संगत महापुरखों की संपर्दा वालों इस स्थान के मुख सेवादार बाबा प्रतपाल सिंह जी जो बड़ी श्रद्धा के भावना के नाल उन्हों की मिठी याद में पैदा कर समागम इन्होंने समागमों के बच्चे वक् वक् जथेबंदियों के नुमाइंदे कार सेवा वाले महापुरख निहंग सिंह जथेबंदियां विशेष तौर पर जो महापुरख संत बाबा बलजीत सिंह जी दादू साहब वाले उन्होंने हाजरियां भरिया उन्होंने जिनी समुची सारी संगत नाल उन्होंने भी अच्छे स्थान पर आगे हाजरियां लवाइया लगभग 35 तो लैके 40 साल तक उन्होंने गुरुधामों की सेवा हॉस्पिटल के स्कूलों के वास्ते रात दिन करके कार सेवा की जिम्मेवारियां